ਸੀਓਈ ਕਨਫਰਮੇਸ਼ਨ ਆਫ ਇਨਰੋਲਮੈਂਟ ਆਸਟ੍ਰੇਲੀਆ ਦੀ ਗੱਲ ਚੱਲ ਰਹੀ ਸੀਗੀ 2021 ਪਾਸ ਆਊਟ ਕਰ ਰਹੇ ਹੋ ਐਕਸੈਪਟ ਮਿਲ ਰਹੀ ਹੈ ਐਡਮਿਸ਼ਨ ਜਾਂ ਜਸਟ ਇਹ ਇੱਕ ਰੂਮਰ ਹੈਗਾ ਮਾਰਕੀਟ ਦੇ ਵਿੱਚ ਸੋ ਦੈਟ ਕਿ ਇੱਕ ਵਾਰੀ ਅਸੀਂ ਸਟੂਡੈਂਟਸ ਨੂੰ ਇਕੱਠੇ ਕਰ ਲਈਏ ਬਾਕੀ ਬਾਅਦ ਦੇ ਵਿੱਚ ਦੇਖਿਆ ਜਾਏਗਾ ਆਪਾਂ ਆਸਟ੍ਰੇਲੀਆ ਦੀ ਜੀ ਆਸਟ੍ਰੇਲੀਆ ਆਸਟ੍ਰੇਲੀਆ ਕਵਿਤਾ ਜੀ ਕਿ 2021 ਪਾਸ ਆਊਟ ਹੈ ਜਸਟੀਫਿਕੇਸ਼ਨ ਕੋਈ ਨਹੀਂ ਹੈ ਕੋਈ ਡਿਪਲੋਮਾ ਨਹੀਂ ਕੀਤਾ ਕੋਈ ਕੋਰਸ ਨਹੀਂ ਕੀਤਾ ਕੋਈ ਕੋਚਿੰਗ ਦੀ ਜਿਹੜੀ ਹੈ ਕਿ ਤੁਸੀਂ ਟ੍ਰੇਨਿੰਗ ਨਹੀਂ ਲਈ ਕੋਈ ਇਗਜ਼ਾਮ ਦੀ ਤਿਆਰੀ ਨਹੀਂ ਕਰ ਰਹੇ ਸੀ ਤੁਸੀਂ ਤੁਹਾਡੇ ਕੋਲ ਵਿਦਾਊਟ ਜਸਟੀਫਿਕੇਸ਼ਨ ਤੁਸੀਂ ਕਹੋ ਕਿ ਆਣ ਕੇ 2021 ਵਾਲੇ ਬੱਚਿਆਂ ਨੂੰ ਐਡਮਿਸ਼ਨ ਹੋ ਜਾਊਗਾ ਨਾਟ ਆ ਪੋਸੀਬਲ ਜੇ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਨਾ ਪ੍ਰੋਪਰ ਵੇ ਨਾਲ ਤੁਹਾਡੇ ਕੋਲ ਗੈਪ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ 2021 ਪਲੱਸ ਟੂ ਪਾਸ ਵਾਲੇ ਬੱਚਿਆਂ ਨੂੰ ਜਿਹੜੇ ਕਿ ਹੈ ਐਡਮਿਸ਼ਨ ਦੇਣ ਲਈ ਕਾਲਜਿਸ ਰੈਡੀ ਨੇ ਕੁਛ ਕਾਲਜਿਸ ਰੈਡੀ ਨੇ ਆਲ ਯੂਨੀਵਰਸਿਟੀ ਜਾਂ ਲੈਵਲ 1 ਦੀ ਮੈਂ ਗੱਲ ਨਹੀਂ ਕਰ ਰਹੀ ਇਹ ਧਿਆਨ 'ਚ ਰੱਖਿਓ ਕਿਉਂਕਿ ਬੱਚਾ ਬਾਅਦ ਦੇ ਵਿੱਚ ਇਹ ਸੋਚਦਾ ਹੈ ਕਿ ਮੈਨੂੰ ਤਾਂ ਇੱਥੇ ਸ਼ੋਅ ਦੇ ਵਿੱਚ ਮੈਮ ਬੋਲ ਗਏ ਸੀਗੇ ਤੁਸੀਂ ਤਾਂ ਉੱਥੇ ਇਹ ਅਨਾਊਂਸ ਕੀਤਾ ਸੀਗਾ ਜਿਹੜਾ ਮੈਂ ਅਨਾਊਂਸ ਕਰ ਰਹੀ ਹਾਂ ਕਾਲਜਿਸ ਦੀ ਗੱਲ ਕਰ ਰਹੀ ਹਾਂ ਕੁਛ ਕਾਲਜਿਸ ਦੀ ਗੱਲ ਕਰ ਰਹੀ ਹਾਂ 2021 ਪਾਸ ਆਊਟ ਬੱਚਿਆਂ ਦੇ ਲਈ ਔਰ ਗੈਪ ਜਸਟੀਫਿਕੇਸ਼ਨ ਦੇ ਨਾਲ ਫੰਡਿੰਗ ਤੁਹਾਡੀ ਰੈਡੀ ਹੋਣੀ ਚਾਹੀਦੀ ਆ ਜਦੋਂ ਅਸੀਂ ਗੈਪ ਜਸਟੀਫਿਕੇਸ਼ਨ ਭੇਜਦੇ ਹਾਂ ਆਫਰ ਲੈਟਰ ਲਈ ਤੁਹਾਨੂੰ ਅਪਲਾਈ ਕਰਦੇ ਹਾਂ ਅਤੇ ਨਾਲ ਦੇ ਨਾਲ ਫੰਡਿੰਗ ਜਸਟੀਫਿਕੇਸ਼ਨ ਵੀ ਇਸ ਟਾਈਮ ਮੰਗੀ ਜਾ ਰਹੀ ਹੈ 2021 ਵਾਲੇ ਬੱਚਿਆਂ ਨੂੰ ਇਹ ਨਹੀਂ ਕਿ ਮੈਂ ਕਹਿ ਦਿੱਤਾ ਅਤੇ ਬੱਚੇ ਫਟਾਫਟ ਆਉਣਗੇ ਅਤੇ ਐਡਮਿਸ਼ਨ ਹੋ ਜਾਊਗੀ ਵਿਦਾਊਟ ਜਸਟੀਫਿਕੇਸ਼ਨ ਵਿਦਾਊਟ ਡਾਕੂਮੈਂਟਸ ਔਰ ਅਸੈਸਮੈਂਟ ਲਏ ਬਿਨਾਂ ਅਸੀਂ ਕੁਛ ਨਹੀਂ ਕਹਿ ਸਕਦੇ ਕਿਉਂਕਿ ਕੁਛ ਬੱਚੇ ਐਵੇਂ ਦੇ ਹੁੰਦੇ ਆ ਜਿਨ੍ਹਾਂ ਦੀਆਂ ਪਰਸੈਂਟੇਜ ਘੱਟ ਹੁੰਦੀਆਂ 2021 'ਚ ਉਸ ਤੋਂ ਬਾਅਦ ਉਹ ਕੋਈ ਇਗਜ਼ਾਮ ਦੀ ਵੀ ਤਿਆਰੀ ਨਹੀਂ ਕਰ ਪਾਉਂਦੇ ਕਿਉਂਕਿ ਇਗਜ਼ਾਮ ਲਈ ਵੀ ਐਲੀਜੀਬਲ ਹੋਊਗਾ ਤਾਂ ਹੀ ਬੱਚਾ ਅੱਗੇ ਤਿਆਰੀ ਕਰਕੇ ਇਗਜ਼ਾਮ ਜਿਹੜਾ ਕਿ ਦਊਗਾ ਇਸ ਕਰਕੇ ਹਰ ਪ੍ਰੋਫਾਈਲ ਦਾ ਅਲੱਗ ਅਲੱਗ ਵੱਖਰਾ ਜਿਹੜਾ ਦੇਖਣ ਦਾ ਸਾਡਾ ਉਹ ਹੈਗਾ ਕਿ ਇੱਕ ਜਦੋਂ ਸਾਡੇ ਕੋਲ ਬੱਚਾ ਆਊਗਾ ਜਦੋਂ ਅਪਲਾਈ ਕਰੂਗਾ ਤਾਂ ਹੀ 2021 ਵਾਲਿਆਂ ਦੇ ਉੱਤੇ ਕਨਫਰਮੇਸ਼ਨ ਅਸੀਂ ਦੇਵਾਂਗੇ ਇੱਥੇ ਜੇ ਮੈਂ ਕਹਾਂ ਕੋਈ ਰੂਮਰਸ ਹੈ ਰੂਮਰਸ ਨਹੀਂ ਹੈ ਜੇ ਮੈਂ ਕਹਾਂ ਸਾਰੇ ਬੱਚੇ ਆ ਕੇ ਅਪਲਾਈ ਕਰ ਸਕਦੇ ਹਨ 2021 ਦੇ ਵਾਲੇ ਉਹ ਵੀ ਪੋਸੀਬਲ ਨਹੀਂ